ਅਵਾਰਾ ਪਸ਼ੂਆਂ ਦੇ ਕਾਰਨ ਹੋ ਰਹੇ ਜਿਹੜੇ ਹਾਦਸੇ ਨੇ ਉਹ ਵੀ ਦਿਨ ਬ ਦਿਨ ਵੱਧਦੇ ਜਾ ਰਹੇ ਨੇ। ਤਾਂ ਤਾਜ਼ੀ ਮਾਮਲੇ ਦੀ ਗੱਲ ਕਰੀਏ ਤਾਂ ਮੁਕੇਰੀਆ ਤੋਂ ਸਾਹਮਣੇ ਜਿੱਥੇ ਇੱਕ ਵਿਅਕਤੀ ਜੋ ਕਿ ਇੱਕ ਪਾਸੇ ਤੋਂ ਆ ਰਿਹਾ ਸੀ ਤੇ ਅਚਾਨਕ ਉਸਦੇ ਸਾਹਮਣੇ ਅਵਾਰਾ ਪਸ਼ੂ ਆ ਜਾਂਦਾ ਹੈ। ਜਿਵੇਂ ਦੱਸਿਆ ਜਾ ਰਿਹਾ ਕਿ ਉਸਦੇ ਸਾਹਮਣੇ ਗਾਂ ਆ ਜਾਂਦੀ ਹੈ ਜਿਸ ਦੇ ਵਿੱਚੋਂ ਟਕਰਾ ਜਾਂਦਾ ਹੈ ਤੇ ਉਸਨੂੰ ਬਚਾਉਂਦਾ ਬਚਾਉਂਦਾ ਆਪਣੀ ਬਾਈਕ ਦਾ ਸੰਤੁਲਨ ਖੋ ਬੈਠਦਾ ਤੇ ਜ਼ਮੀਨ ਦੇ ਉੱਤੇ ਪਟਕ ਕੇ ਜਾ ਡਿੱਗਦਾ। ਹਾਲਾਂਕਿ ਆਸ-ਪਾਸ ਦੇ ਲੋਕਾਂ ਦੇ ਵੱਲੋਂ ਜਦੋਂ ਦੇਖਿਆ ਗਿਆ ਤਾਂ ਉਸਦੀ ਮਦਦ ਕੀਤੀ ਗਈ, ਉਸਨੂੰ ਚੁੱਕੇ ਹਸਪਤਾਲ ਲਿਜਾਇਆ ਗਿਆ, ਪਰ ਦੱਸੀ ਕਿ ਉਹ ਕਾਫੀ ਜ਼ਿਆਦਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਤੇ ਉਸਨੂੰ ਅੰਮ੍ਰਿਤਸਰ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ। ਤਾਂ ਬਿਲਕੁਲ ਕਿਸ ਤਰੀਕੇ ਦੇ ਨਾਲ ਅਵਾਰਾ ਪਸ਼ੂਆਂ ਦੇ ਕਾਰਨ ਹੋ ਰਹੇ ਜਿਹੜੇ ਹਾਦਸੇ ਨੇ ਦਿਨ ਬ ਦਿਨ ਵੱਧਦੇ ਜਾ ਰਹੇ, ਤਾਂ ਆਖਿਰਕਾਰ ਇਸਦੀ ਵਜ੍ਹਾ ਕੀ ਹੋ ਸਕਦੀ ਹੈ? ਕਿ ਇਸਦੇ ਪਿੱਛੇ ਪ੍ਰਸ਼ਾਸਨ ਜਾਂ ਫਿਰ ਕੋਈ ਹੋਰ? ਤਾਂ ਬਿਲਕੁਲ ਆਪਣੀ ਰਾਏ ਹੈ ਜਿਹੜੀ ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸੋ ਤੇ ਦੱਸੋ ਤੁਹਾਡੇ ਇਲਾਕੇ ਦੇ ਵਿੱਚ ਕਿੰਨੇ ਕੁ ਹਾਦਸੇ ਨੇ ਜਿਹੜੇ ਅਵਾਰਾ ਪਸ਼ੂਆਂ ਦੀ ਮਦਦ। ਤਾਂ ਬਿਲਕੁਲ ਸਾਨੂੰ ਇਹ ਵੀ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਕਿੰਨੇ ਹਾਦਸੇ ਨੇ ਜਿਹੜੇ ਅਵਾਰਾ ਪਸ਼ੂਆਂ ਦੀ ਵਜ੍ਹਾ ਕਰਕੇ ਹੋਏ ਨੇ ਤੇ ਇਸ ਤੇ ਕਿਵੇਂ ਠੱਲ ਪਾਈ ਜਾ ਸਕਦੀ ਹੈ, ਤਾਂ ਕਿ ਅਸੀਂ ਵੀ ਤੁਹਾਡੀ ਰਾਏ ਦੇ ਨਾਲ ਅਸੀਂ ਵੀ ਕਿਸੇ ਹੋਰ ਦੀ ਮਦਦ ਕਰ ਸਕੀਏ। ਹਾਂਜੀ, ਆਪਣਾ ਇੱਕ ਪੇਸ਼ੈਂਟ ਨੂੰ ਲੈ ਕੇ ਆਏ ਸੀਗੇ ਇੱਥੇ। ਵਿਕਰਮ ਉਹਦਾ ਨਾਮ ਹੈ, ਸਨ ਆਫ ਕੁਲਜੀਤ ਸਿੰਘ। ਰੋਡ ਸਾਈਡ ਐਕਸੀਡੈਂਟ ਸੀਗਾ, ਪੇਸ਼ੈਂਟ ਨੇ ਡਰਿੰਕ ਕੀਤੀ ਹੋਈ ਸੀਗੀ ਤੇ ਨਾਲ ਕੋਈ ਸੀਗਾ ਨਹੀਂ ਉਹਦੇ। ਅਸੀਂ ਪੁਲਿਸ ਇਨਫੋਰਮੇਸ਼ਨ ਭੇਜਤੀ ਹੈ ਤੇ ਐਮਰਜੈਂਸੀ ਟ੍ਰੀਟਮੈਂਟ ਕਰਕੇ ਪੇਸ਼ੈਂਟ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਰੈਫਰ ਕਰ ਦਿੱਤਾ ਇੱਕ ਸਵਾਰ ਤੇ। ਕਾਰਨ ਜਿੱਥੇ ਜਿਹੜੇ ਲੈ ਕੇ ਆਏ ਸੀ ਉਹਨਾਂ ਨੂੰ, ਉਹਨਾਂ ਨੇ ਇਹ ਦੱਸਿਆ ਕਿ ਗਾਈ ਦੇ ਵਿੱਚ ਵੱਜਿਆ ਸੀਗਾ ਤੇ ਉਹਦੇ ਕਰਕੇ ਜਿਹੜਾ ਐਕਸੀਡੈਂਟ ਹੋਇਆ। ਪੇਸ਼ੈਂਟ ਸੀਰੀਅਸ ਹੈਗਾ ਤੇ ਬਲੀਡਿੰਗ ਹੋ ਰਹੀ ਸੀ ਉਹਦੇ ਕੰਨ ਤੋਂ, ਉਹਨੂੰ ਅਸੀਂ ਮੱਦੇਨਜ਼ਰ ਰੱਖ ਕੇ ਜਿਹੜੀ ਵੀ ਐਮਰਜੈਂਸੀ ਟ੍ਰੀਟਮੈਂਟ ਬਣਦੀ ਸੀ ਉਹ ਦੇ ਦਿੱਤੀ ਹੈ ਤੇ ਰੈਫਰ ਕਰ ਦਿੱਤਾ ਪੇਸ਼ੈਂਟ। ਜੋ ਵੀ ਕਾਰਵਾਈ ਹੋਏਗੀ ਪੁਲਿਸ ਵਾਲੇ ਹੁਣ ਕਰਨਗੇ ਆਪਣੇ ਹਿਸਾਬ ਨਾਲ।